आज की डेट में मैं गर्व के साथ कह सकता हूँ कि टीम जम्मू ने पिछले 10 सालों में, आज टीम जम्मू को करीब 10 साल हो चुके हैं, 10 सालों में ऐसे कई घर हैं जो बिछड़ने से बचाए हैं, ऐसी कई माएं हैं जिनके जो बच्चे हैं वो सुरक्षित उनके घर में रहते हैं। और दूसरी जो मेन चीज है जो हमें एक एज अ होल हमें सीखनी चाहिए कि हमारे एक तो होगी हार्ड पावर और दूसरे नंबर पे आती है हमारी सॉफ्ट पावर्स। सॉफ्ट पावर होगी सबसे बड़ी चीज हमारा कल्चर। अगर हम अपने कल्चर से दूर रहेंगे, अपनी लैंग्वेज से दूर रहेंगे, हमारे जो बेसिक एथिक्स है, अगर हम उन चीजों से दूर रहेंगे, अपने रीजनल चीजों से दूर रहेंगे, तो हम चाहे यूएस अमेरिका भी पहुंच जाए उस चीज का कोई मतलब नहीं, हमारी कोई आइडेंटिटी नहीं है, कोई पहचान नहीं। और ये जो गाना है मैं बहुत मुबारकबाद देता हूँ जो भी इसके पीछे लोग हैं जिन्होंने गाया, जिन्होंने लिखा है, और जो भी लोग इसको पूरे यहाँ पे पेश करने के पीछे, पर्दे के पीछे जिनका योगदान है, उन सभी को बहुत बहुत मुबारकबाद और एक बार फिर से धन्यवाद भी। टीम जम्मू के अध्यक्ष, मेरे भरा और बड़े मेहनती और जुजारू जोरावर सिंह जम्बाल साहब, बुजुर्गों, साथियों, दोस्तों, भैनों के भ्रा, सारे कोला पहले मैं टीम जम्मू की दिल की गहराइयों तो मुबारकबाद देना। ਕਿਸੇ ਵੀ ਸੰਸਥਾ ਦੇ ਲਈ ਇਹ ਇੱਕ ਗਰਵ ਦਾ ਸੰਗੇ ਮੀਲ ਹੁੰਦਾ ਹੈ ਕਿ ਅੱਜ ਇਹਨੇ 10 ਸਾਲ ਆਪਣੇ ਮੁਕੰਮਲ ਕੀਤੇ ਔਰ 10 ਸਾਲ ਦੇ ਵਿੱਚ ਇਹਨੇ ਹਮੇਸ਼ਾ ਜਨ ਕਲਿਆਣ, ਜਨ ਹਿੱਤ ਔਰ ਜੰਮੂ ਦੇ ਹਿੱਤ ਦੀ ਗੱਲ ਕਰੀਏ, ਜੰਮੂ ਦੇ ਸਮਾਜਿਕ ਪਰਿਵਰਤਨ ਲਿਆਉਣੇ, ਸਮਾਜ 'ਚ ਇੱਕ ਬਿਹਤਰੀ ਲਿਆਉਣੇ ਦਾ ਕੰਮ ਕੀਤਾ, ਮੈਂ ਉਹਦੇ ਲਈ ਮੁਬਾਰਕਬਾਦ ਨਹੀਂ ਦੇਣਾ ਚਾਹੁੰਦਾ। ਜਿਹੜਾ ਟੀਮ ਜੰਮੂ ਨੇ ਨਸ਼ਾ ਮੁਕਤੀ ਉੱਪਰ ਕੰਮ ਕੀਤਾ, ਮੈਂ ਸਮਝਦਾ ਉਹ ਸਭ ਤੋਂ ਵੱਡੀ ਇੱਕ ਸਮਾਜ ਸੇਵਾ। ਅੱਜ ਅਗਰ ਕੋਈ ਸਭ ਤੋਂ ਵੱਡੀ ਸਿਣਕ ਸਾਡੇ ਸਮਾਜ ਕੀ ਲੱਗੀ ਦੀ ਹੈ, ਉਹ ਸਿਨਕ ਜਿਹੜੀ ਹੈ ਉਹ ਨਸ਼ੇ ਦੀ ਸਿਨਕ ਹੈ। ਔਰ ਮੈਂ ਸਮਝਦਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ, ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਨਸ਼ਾ ਮੁਕਤੀ ਅਭਿਆਨ ਦੇ ਵਿੱਚ ਡਿਮੋਨਸਟ੍ਰੇਟਿਵਲੀ ਅਸ ਸਾਰੇ ਲੋਕ ਸਾਹਮਣੇ ਆਉਚੇ ਔਰ ਜਿੱਥੇ ਵੀ ਇਹ ਨਾਸੂਰ ਹੈ ਉਸ ਨਾਸੂਰ ਕੀ ਜਿਵੇਂ ਫੋੜੇ ਕੱਢੀਏ ਸੁੱਟੀ ਉੱਠਦੇ, ਉਹ ਫੋੜੇ ਇਹ ਸਮਝਣਾ ਚਾਹੀਦਾ ਕਿ ਜਿਸਮ ਉੱਪਰ ਇੱਕ ਐਸਾ ਫੋੜਾ ਹੈ ਜਿਹੜਾ ਫੋੜਾ ਇੰਨਾ ਨਾਸੂਰ ਬਣੇਗਾ ਕਿ ਪੂਰੇ ਪੂਰੇ ਜਿਸਮ ਕੀ ਖੰਘਾਲੀਏ ਗਾਲੀਏ ਰੱਖੀ ਔੜ। ਇਸ ਲਈ ਨਸ਼ੇ ਦੇ ਖਿਲਾਫ ਜਿਹੜਾ ਕੰਮ ਟੀਮ ਜੰਮੂ ਨੇ ਕੀਤਾ, ਮੈਂ ਉਸਦੇ ਲਈ ਮੁਬਾਰਕਬਾਦ ਦਿਆਂਗਾ। ਲੇਕਿਨ ਮੈਂ ਹੁਣ ਇਹ ਵੀ ਆਖਾਂਗਾ ਕਿ ਅਗਰ ਤੁਸੀਂ ਆਖੋਗੇ ਇਹ ਕੰਮ ਕੀ ਆ ਉਹ ਹੀ ਆ ਅਤੇ ਨਹੀਂ, ਇਹ ਵਰਕ ਇਨ ਪ੍ਰੋਗਰੈਸ ਹੈ। ਤੁਸੀਂ ਸਾਰੇ ਮਿਲੀਏ, ਅਸੀਂ ਸਾਰੇ ਮਿਲੀਏ ਸਮਾਜ ਜਿੱਥੇ ਜਾਗਰੂਕਤਾ ਇਹਦੇ ਲਈ ਪੈਦਾ ਕਰਨੀ ਹੈ, ਉੱਥੇ ਇਸ ਨਾਸੂਰ ਲਈ ਲੜਨਾ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਜਿਹਨੇ ਲੋਕਾਂ ਅੱਜ ਦ ਪਾਵਰ ਆਫ ਡੋਗਰਾ ਡਾਇਨੈਸਟੀ ਇੱਕ ਗੀਤ ਕੱਢਿਆ, ਜਿਹਦਾ ਮੀਤ ਹੈ ਭਾਈ ਸ਼ਾਮ ਲਾਲ ਸਾਹਿਬ ਕੀ, ਇਹ ਗਰਵ ਹਾਸਿਲ ਹੋਇਆ ਕਿ ਅਸੀਂ ਇਹਦਾ ਵਿਮੋਚਨ ਕੀਤਾ।
ਠੀਕ ਆਖਿਆ ਜ਼ੋਰਾਵਰ ਨੇ ਔਰ ਉਸ ਤੋਂ ਪਹਿਲੇ ਵਾਸੁਦੇਵ ਨੇ, ਕੋਈ ਵੀ ਸਮਾਜ ਜਿਹੜਾ ਹੈ ਉਹਦੀ ਪਹਿਚਾਣ ਜਿਹੜੀ ਹੈ ਨਾ ਤਾਂ ਉਹਦੀ ਜ਼ਾਤ ਕਰਨੀ ਹੁੰਦੀ, ਨਾ ਉਹਦੇ ਰੰਗੋ ਨਸਲ ਕਰਨੀ ਹੁੰਦੀ, ਉਹਦੀ ਪਹਿਚਾਣ ਉਹਦੀ ਜ਼ੁਬਾਨ ਕਰਨੀ ਹੁੰਦੀ। ਜਿਸ ਜਿਸ ਕੌਮ ਨੇ ਆਪਣੀ ਜ਼ੁਬਾਨ ਕੀ ਸੰਭਾਲੀਏ ਰੱਖਿਆ, ਉਹ ਕੌਮ ਜਿਹੜੀ ਹੈ ਉਹ ਕਦੇ ਪਿਛੜੇ ਨਹੀਂ। ਤੁਸ ਤਾਰੀਖ ਦੇ ਕਿਸੇ ਵੀ ਹਿੱਸੇ ਹੀ ਦੇਖੋ, ਲੋਕ ਆਪਣੇ ਮੁਲਕ ਤੋਂ ਬਾਹਰ ਚਲੀਏ ਵਿਸਥਾਪਿਤ ਹੋਈ, ਲੇਕਿਨ ਉਹਨੇ ਆਪਣੀ ਜ਼ੁਬਾਨ ਜਿਹੜੀ ਹੈ ਉਸੀ ਬੰਨੀਏ ਰੱਖਿਆ, ਔਰ ਜਿੰਨੀ ਦੇਰ ਤੱਕ ਜ਼ੁਬਾਨ ਕੀ ਬੰਨੀਏ ਰੱਖਿਆ ਉਹਦੀ ਪਹਿਚਾਣ ਬਣੀ ਰਹੀ ਔਰ ਉਹਦਾ ਅਸਤਿਤਵ ਜਿਹੜਾ ਉਹ ਖਤਮ ਨਹੀਂ ਹੋਇਆ। ਮੈਂ ਬਰੂਨੀ ਮੁਲਕਾਂ ਦੇ ਜੂਸ ਦੇ ਪੈਲਸਟੀਨੀਅਨਸ ਦੇ ਉਹਦੇ ਅਗਰ ਤੁਸੀਂ ਉਦਾਹਰਨ ਦਿਆਂ ਉਹ ਇੱਕ ਦੂਰ ਦੀ ਗੱਲ ਲਵੋ, ਤੁਸੀਂ ਕਸ਼ਮੀਰੀ ਪੰਡਤਾਂ ਹੀ ਦੇਖੀ ਲਓ। 1999 'ਚ ਕਸ਼ਮੀਰੀ ਪੰਡਿਤ ਆਪਣੇ ਘਰਾਂ ਵਿਸਥਾਪਿਤ ਹੋਇਆ, ਲੇਕਿਨ ਅੱਜ ਵੀ ਤੁਸੀਂ ਚਲੇ ਜਾਓ ਭਾਵੇਂ ਗੁਜਰਾਤ 'ਚ ਹੋ, ਮਹਾਰਾਸ਼ਟਰਾ 'ਚ ਹੋ, ਭਾਵੇਂ ਅਮਰੀਕਾ ਹੋ, ਭਾਵੇਂ ਯੂਰਪ 'ਚ ਹੋ, ਕਸ਼ਮੀਰੀ ਪੰਡਿਤ ਨੇ ਆਪਣੀ ਪਹਿਚਾਣ ਕੀ ਬਣਾਉਣ ਦੇ ਲਈ ਆਪਣੀ ਜ਼ੁਬਾਨ ਕੀ ਕਾਇਮ ਰੱਖਿਆ ਔਰ ਆਪਣੀ ਜਿਹੜੀ ਸੰਸਕ੍ਰਿਤੀ ਔਰ ਜਿਹੜੀ ਉਹਦੀ ਆਪਣਾ ਕਲਚਰ ਹੈ ਉਸੀ ਉਹਨੇ ਡੁੱਬਣ ਨਹੀਂ ਦਿੱਤਾ। ਇਸ ਲਈ ਕਸ਼ਮੀਰੀ ਪੰਡਿਤ ਇੱਕ ਛੋਟੀ ਜਿਹੀ ਕੌਮ ਹੋਣੇ ਦੇ ਬਾਵਜੂਦ ਵੀ ਆਪਣੀ ਪਹਿਚਾਣ ਪੂਰੀ ਦੁਨੀਆ 'ਚ ਬਣਾਈ ਰੱਖੀ। ਕਿਉਂ? ਜਨੇਊ ਲਵਾਉਂਦੇ, ਜਨੇਊ ਦੀ ਸੈਰੇਮਨੀ ਕਰਦੇ, ਅਮਰੀਕਾ ਵੀ ਰੋਂਦੇ ਹੋਣਗੇ, ਲੇਕਿਨ ਜਨੇਊ ਕਰਨੀ ਉਹਨੇ ਇੱਥੇ ਆਈਏ, ਜਨੇਊ ਕਰਾਈਏ ਆਪਣੇ ਬੱਚੇ ਹੀ ਜਾਣਾ ਤਾਂ ਕਿ ਜੰਮੂ ਆਪਣੇ ਆਪਣੇ ਜਣੇ ਕੰਨੇ ਜੁੜਿਆ ਰਹੇ। ਆ ਸਾਰੇ ਲੋਕ ਇਕੱਠੇ ਹੋਈ ਜਾਚੇ, ਗੱਠ ਬਣਾਈ ਲੈਚੇ, ਇਹ ਆਖਣਾ ਬੜਾ ਆਸਾਨ ਹੈ, ਇਸ ਗੱਲ ਵੀ ਕਰ ਲੈਂਦੇ। ਮੇਰੇ ਇੱਥੇ ਭਰਾ ਬੈਠੇ ਦੇ, ਅਸੀਂ ਸਾਰੇ ਲੋਕ ਜਿੰਨੇ ਹਾਂ ਅਸੀਂ ਆਖਣੇ ਵੀ ਹਾਂ ਕਿ ਅਸੀਂ ਡੋਗਰੇ, ਅਸੀਂ ਬੜਾ ਨਾਜ਼ ਡੋਗਰੇ ਉੱਪਰ, ਲੇਕਿਨ ਡੋਗਰੀ ਬੋਲਣੇ ਵਾਲੇ ਘਰ ਮੁੱਕੀ ਨੇ, ਸਾਰਿਆਂ ਕੋਲਾਂ ਪਹਿਲੇ ਡੋਗਰੀ ਘਰ ਬੁਲਾਉਣਾ ਸ਼ੁਰੂ ਕਰੋ। ਫਿਰ ਡੋਗਰੇ ਇਕੱਠੇ ਹੋ ਕੇ ਘਰ ਚਲਾ ਦੀ ਹਿੰਦੀ, ਘਰ ਚਲਾ ਦੀ ਅੰਗਰੇਜ਼ੀ, ਡੋਗਰੀ ਨਾ ਬੋਲਣੇ ਵਾਲਾ ਕੋਈ ਰਿਹਾ ਅਤੇ ਨਾ ਸੁਣਨੇ ਵਾਲਾ ਕੋਈ ਰਿਹਾ। ਐਸਾ ਨਹੀਂ ਆਵੇ ਵਕਤ ਆਈ ਜਾਏ ਕਿ ਘਰ ਡੋਗਰੀ ਨਹੀਂ ਬੋਲਣੇ ਵਾਲੇ ਰਹੋ, ਔਰ ਜਿਸ ਵੇਲੇ ਡੋਗਰੀ ਬੋਲਣੇ ਵਾਲੇ ਨਹੀਂ ਰਹੋਗੇ ਤਾਂ ਮੈਂ ਮਾਫ਼ੀ ਚਾਹੁੰਦਾ ਜ਼ੋਰਾਵਰ ਜੀ, ਔਰ ਇੱਥੇ ਮੈਂ ਦਿਖਾਉਣਾ ਜੀਆਂ ਜਿੱਦਾਂ ਜਿੱਦਾਂ ਦਿਖਣਾ, ਜਿਹੜੀ ਜਿਹੜੀ ਕਤਾਰ ਹੀ ਦਿਖਣਾ, ਮਹਾਨੁਭਾਵ ਬੈਠੇ ਨੇ ਡੋਗਰਾ ਸਮਾਜ ਦੇ। ਇਹ ਨਹੀਂ ਹੋਏ ਕਿ ਅਸ ਐਕਸਟਿੰਕਟ ਹੋਈ ਜਾਂਦੇ ਕਿਉਂਕਿ ਸਾਡੀ ਜ਼ੁਬਾਨ ਜਿਹੜੀ ਹੈ ਉਹ ਖਤਮ ਹੋਈ। ਮੇਰੀ ਸਾਰੇ ਕੋਲਾਂ ਪਹਿਲੇ ਬੇਨਤੀ ਸਾਰੇ ਕੰਨੇ ਕਿ ਅਸ ਡੋਗਰੀ ਜ਼ੁਬਾਨ ਕੀ ਇਸਤੇਮਾਲ ਕਰਨਾ ਸ਼ੁਰੂ ਕਰਚੇ। ਮਿਗੀ ਗਰਵ ਹੋਣਾ ਚਾਹੀਦਾ, ਛੜਾ ਇਹ ਆਖੀਏ ਨਹੀਂ ਕਿ ਸ਼ੂਰਵੀਰ ਅਸ ਡੋਗਰੇ, ਅਸ ਡੋਗਰੇ, ਅਸ ਡੋਗਰੇ, ਸੂਰਮੇ ਆ, ਸੂਰਮੇ ਠੀਕ ਹਾਂ,
ਲੇਕਿਨ ਸੂਰਮੇ ਗਰਵ ਤੇ ਹੋਣਾ ਚਾਹੀਦਾ ਨਾ ਕਿ ਮੈਂ ਡੋਗਰੀ ਬੋਲਾਂ ਨਾ, ਡੋਗਰੀ ਮੇਰੀ ਸ਼ਾਨ ਹੈ, ਡੋਗਰੀ ਮੇਰੀ ਆਨ ਹੈ, ਡੋਗਰੀ ਮੇਰੀ ਮਾਨ ਹੈ, ਮੈਂ ਡੋਗਰੀ ਗੱਲ ਕਰਦਾ ਔਰ ਦੁਨੀਆ ਮੇਰੀ ਡੋਗਰੀ ਸੁਣ ਤਾਂ ਫਿਰ ਜਾਈ ਗੱਲ ਮੰਨਦਾ। ਡੋਗਰੀ ਦੇ ਤਕਰੀਰ ਕਰਨੀ ਹੋਏ ਅਸੀਂ ਸ਼ਰਮਾਨੇ ਹਾਂ, ਅਸੀਂ ਸੋਚਦੇ ਹਾਂ ਡੋਗਰੀ ਗੱਲ ਕਰਕੇ ਕੋਈ ਸੋਚੇ ਘੱਟ ਹੈ, ਅੰਗਰੇਜ਼ੀ ਬੋਲ ਗਏ ਉਹ ਆਖੇਗਾ ਬਦੂ ਆਖੇ ਨਹੀਂ ਬੜਾ ਕਮਾਲ, ਹਿੰਦੀ ਬੋਲੋਗੇ ਕਮਾਲ, ਡੋਗਰੀ ਬੋਲੋਗੇ ਅਤੇ ਕੋਈ ਥੋੜ੍ਹਾ ਜਿਹਾ ਅਹਿਸਾਸ ਕਮਤਰੀ ਦਾ ਸ਼ਿਕਾਰ ਅਸ ਹੁੰਦੇ ਹਾਂ, ਤਾਂ ਹੀ ਤਾਂ ਅਸੀਂ ਬੱਚੇ ਡੋਗਰੀ ਨਹੀਂ ਬੋਲਣੀ ਆਖਾਂਗੇ, ਕਿਉਂ ਨਹੀਂ ਆਖਾਂਗੇ। ਇਸ ਲਈ ਮੇਰੀ ਸਾਰਿਆਂ ਕੋਲ ਪਹਿਲੇ ਤੋਂ ਇਹੀ ਹੈ ਬੇਨਤੀ ਹੈ, ਕਿਉਂਕਿ ਇਹ ਸਮਾਜ ਦੇ ਮਾਨੁਭਾਵ ਹੈ, ਹਰ ਘਰ ਡੋਗਰੀ ਬੋਲਣਾ ਸ਼ੁਰੂ ਕਰੋ। ਅੱਜ ਦਾ ਦਿਹਾੜਾ ਜਿਹੜਾ ਉਹ ਮੈਨੂੰ ਲੱਗਦਾ ਬੜਾ ਸ਼ੁਭ ਦਿਹਾੜਾ ਹੈ। ਟੀਮ ਜੰਮੂ ਕੀ 10 ਸਾਲ ਦੀ ਆਜੂ ਹੋਈ ਔਰ 10 ਸਾਲ 'ਚ ਟੀਮ ਜੰਮੂ ਨੇ ਇੱਕ ਬੜਾ ਲੰਮਾ ਸਫ਼ਰ, ਚਾਹੇ ਉਹ ਡਰੱਗਸ ਦੀ ਲਿਖਿਆ ਹੋਇਆ ਹੈ, ਚਾਹੇ ਸਾਡਾ ਸੋਸ਼ਲ ਫੈਬਰਿਕ ਹੋਇਆ ਆਪਣਾ ਤਾਣਾ ਬਾਣਾ, ਚਾਹੇ ਮਿਊਜ਼ਿਕ ਵਾਲੀ ਗੱਲ ਇੱਥੇ ਚਲਾ ਦੀ ਸੀ, ਮਲਟੀ ਡਾਇਮੈਂਸ਼ਨ 'ਚ ਵੱਖਰੇ ਵੱਖਰੀਆਂ ਚੀਜ਼ਾਂ ਉੱਪਰ ਕੰਮ ਕੀਤਾ ਔਰ ਅੱਜ ਦਾ ਜਿਹੜਾ ਹਜੂਮ ਹੈ, ਜਿਹੜਾ ਇਹ ਇਕੱਠ ਹੈ, ਉਹ ਦੱਸਦਾ ਕਿ ਸਾਡੀ ਟੂਗੈਦਰਨੈਸ ਔਰ ਇਹਨਾਂ ਚੀਜ਼ਾਂ ਕੀ ਪ੍ਰਮੋਟ ਕਰਨਾ ਔਰ ਆਪਣੀ ਜੜ੍ਹੇ ਕੀ ਔਰ ਰੂਟਸ ਕੀ ਕਿਵੇਂ ਮਜ਼ਬੂਤ ਕਰਨਾ ਹੈ। ਔਰ ਅੱਜ ਜਿਹੜਾ ਗਾਣਾ ਇੱਥੇ ਰਿਲੀਜ਼ ਹੋਇਆ ਹੈ ਤੁਹਾਡੇ ਸਾਰਿਆਂ ਦੇ ਸਮੁੱਖ, ਜੈ ਦੇਸ਼ ਡੋਗਰਾ, ਇਹਦੇ 'ਚ ਜਿੰਨੇ ਵੀ ਕਲਾਕਾਰ ਔਰ ਜਿਹੜੇ ਲੇਖਕ ਨੇ ਇਸ ਗੀਤ ਦੇ, ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਧੰਨਵਾਦ ਵੀ ਕਰਨਾ। ਮਾਨਯੋਗ ਦਵਿੰਦਰ ਜੀ ਨੇ ਸਾਰੇ ਪਹਿਲੂ ਕੀ ਛੂਤਾ, ਮੈਂ ਉਹਨਾਂ ਨੂੰ ਰਿਪੀਟ ਕਰੂੰਗਾ ਤਾਂ ਚੰਗਾ ਨਹੀਂ ਹੋ, ਲੇਕਿਨ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਅਗੜਾ ਵਧਾਂ। ਉਹਨੇ ਮਿਊਜ਼ਿਕ ਦੀ ਗੱਲ ਕੀਤੀ ਹੈ, ਜਿਹੜਾ ਸਾਡਾ ਦੂਆ ਵਿਰਸਾ ਹੈ ਉਹਦੀ ਗੱਲ ਕੀਤੀ ਹੈ ਔਰ ਡੋਗਰੀ ਉੱਪਰ ਉਹਨੇ ਪੂਰਾ ਫੋਕਸ ਰੱਖਿਆ ਹੈ ਕਿ ਘਰਾਂ ਸਟਾਰਟ ਕਰੋ ਭਗਤ ਸਿੰਘ, ਬਾਹਰ ਧੁੱਪਣ ਨਹੀਂ ਜਾਓ, ਆਪਣੇ ਵਾਲੀਆਂ ਫਿਰਨ ਕੁਆਰੀਆਂ ਦੇ ਬਗਾਨੀਆਂ ਧਰਮ ਦੀਆਂ, ਡੋਗਰੀ ਅਸ ਬੋਲਦੇ ਨਹੀਂ, ਸਰਕਾਰਾਂ ਸਮਾਜ ਨਹੀਂ ਬਣਾਉਂਦੀਆਂ, ਸਮਾਜ ਸਰਕਾਰ ਬਣਾਉਂਦਾ ਔਰ ਸਮਾਜ ਵਿੱਚ ਕੁਦੇ ਨਾ ਕੁਦੇ ਐਂਗਲੋ ਭਾਸ਼ਾ ਦਾ ਇਨਫਲੂਐਂਸ ਹੋਈ ਇਹਦਾ, ਕਸ਼ਮੀਰੀ ਵਾਲੀ ਵੱਖੀ ਇਸ਼ਾਰਾ ਕੀਤਾ, ਉਹਦੇ ਕੋਲ ਸਿੱਖਣਾ ਚਾਹੀਦਾ ਜਿਹੜੀਆਂ ਹੁੰਦੀਆਂ ਚੰਗੀਆਂ ਚੀਜ਼ਾਂ ਨੇ। ਇੱਕ ਤਾਂ ਉਹ ਸਾਹਿਤ ਦੀ ਸਟੱਡੀ ਕਰਦੇ ਪੜ੍ਹਦੇ, ਉਹਦੇ ਕੋਲ ਨੌਲੇਜ ਵੀ ਹੁੰਦਾ ਔਰ ਦੋ ਚੀਜ਼ਾਂ ਦੀ ਸਪੋਰਟ ਹੁੰਦੀ। ਅੱਜ ਸਾਡੇ ਬੜੇ ਅੱਛੇ ਲਿਖਾਰੀ ਸਾਹਿਤਕਾਰ ਇੱਥੇ ਬੈਠੇ ਦੇ ਨੇ, ਕਵੀ ਬੈਠੇ ਦੇ ਨੇ, ਗੀਤਕਾਰ ਨੇ ਔਰ ਬਹੁਤ ਅੱਛੇ ਸਾਡੇ ਸਿੰਗਰ ਨੇ, ਲੇਕਿਨ ਅਸਾਂ ਹੀ ਚਸਕਾ ਪਈ ਇਹਦਾ। ਇੱਕ ਪੰਜਾਬੀ ਗਾਣਾ ਹੈ ਨਾ, ਮੇਰੀ ਉਮਰ ਵੀ ਇਹ ਸ਼ੋਭਾ ਨਹੀਂ ਦਿੰਦਾ ਵਿੱਚ, ਪਰ ਟੁਸਕਲਾ ਵੀ ਹੋਣਾ ਚਾਹੀਦਾ ਕਿ ਚਸਕਾ ਦੂਜੀ ਦਾ, ਅਲਬਾਸੂ ਜੀ ਦਾ
ਠੀਕ ਹੈ, ਮਤੀਆਂ ਕੋਲਾਂ ਮਤੀਆਂ ਭਾਸ਼ਾ ਉੱਪਰ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡੇ ਮਾਨਣੀਏ ਡਾਕਟਰ ਕਰਨ ਸਿੰਘ ਜੀ ਨੇ 14 ਇੰਟਰਨੈਸ਼ਨਲ ਲੈਂਗੁਏਜ ਉੱਪਰ ਉਹਨੇ ਕਮਾਂਡ ਹੈ, ਲੇਕਿਨ ਦੇਖਿਓ ਜਿਹੜਾ ਡੋਗਰੀ ਬੋਲਦੇ ਨੇ, ਜਿਹੜਾ ਸੰਸਕ੍ਰਿਤ ਬੋਲਦੇ ਨੇ, ਪਰਸ਼ੀਅਨ ਬੋਲਦੇ ਨੇ, ਐਂਗਲੋ ਬੋਲਦੇ ਨੇ, ਤਾਂ ਸਾਡਾ ਇੱਕ ਸ਼ੋਅ ਡਾਊਨ ਹੋਈ ਇਹਦਾ ਹੈ। ਤਾਂ ਇਸੀ ਘਰ ਸਟਾਰਟ ਕਰੋ, ਤੁਸੀਂ ਖੁਸ਼ੀ ਹੋਣੀ ਚਾਹੀਦੀ ਹੈ ਕਿ 20 ਅਕਤੂਬਰ 2020 ਵਿੱਚ ਤੁਹਾਡੀ ਡੋਗਰੀ ਇੱਥੋਂ ਦੀ ਰਾਜ ਭਾਸ਼ਾ ਬਣੀ ਗਈ। ਉਰਦੂ ਤਾਂ ਪਹਿਲਾਂ ਗਿਆ ਸੀ, ਸੰਸਕ੍ਰਿਤ ਬਣੀ ਗਈ, ਕਸ਼ਮੀਰੀ ਕੀ ਵੀ ਬਣਾਇਆ, ਲੇਕਿਨ ਉਹਨੇ ਲੋਕਾਂ ਆਪਣਾ ਵਿਰਸਾ ਸੰਭਾਲ ਕੇ ਰੱਖੇ ਦਾ। ਤੋ ਅੱਜ ਦੇ ਇਸ ਦਿਹਾੜੇ ਪਰ ਦੋ ਸਾਡੇ ਓਬਜੈਕਟਿਵ ਹਨ ਜਿਹੜੇ ਟੀਮ ਜੰਮੂ ਦੇ, ਡਰੱਗ ਅਬਿਊਸ, ਅੱਜ ਕਿਸੇ ਚੀਜ਼ ਕੋਲ ਇਸ ਭਾਰਤ ਵਰਸ਼ ਕੀ ਖਤਰਾ ਨਹੀਂ ਹੈ, ਔਰ ਉਹ ਪੂਰੀ ਦੁਨੀਆ ਇਹ ਸਮਝਦੀ ਹੈ, ਔਰ ਦੋਵੇਂ ਮੁਲਕ ਜੁਦੇ ਕਿੰਨੇ ਸਾਡੀ 6,500 ਕਿਲੋਮੀਟਰ ਸਰਹੱਦ ਲੱਗਦੀ ਹੈ ਚਾਈਨਾ ਇਨ ਪਾਕਿਸਤਾਨ, ਉਹਦੇ ਡੀਪ ਡਿਜ਼ਾਇਨ ਨੂੰ ਉਹ ਇਸ ਨਸ਼ੇ ਵਾਲੀ ਵੱਖੀ ਜਿਹੜਾ ਹੈ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਪਾਉਣਾ ਚਾਹੁੰਦੇ ਨੇ। ਤਾਂ ਕਿ ਡਰੋਨ ਔਰ ਦੁਨੀਆ ਚੀਜ਼ਾਂ ਔਰ ਉਹਨੇ ਹੋਰ ਕੋਸ਼ਿਸ਼ਾਂ ਕਰਨੀਆਂ, ਵੈਪਨਰੀ ਵਾਰ ਸਾਡੇ ਕੋਲ ਨਹੀਂ ਜਿੱਤੀ ਸਕਦੇ ਹਿੰਦੁਸਤਾਨ ਕੋਲ, ਬਹੁਤ ਤਗੜੇ ਬੈਰੀਅਰ ਔਰ ਅੱਜ ਦੇ ਸਾਡੇ ਕੋਲ ਜਿਹੜੀ ਵੈਪਨਰੀ ਟੈਕਨੀਕ ਹੈ ਅੱਜ ਸਾਰੇ ਕੰਟਰੀ ਕੋਲ ਐਡਵਾਂਸ ਹੈ, ਉਹਨੂੰ ਇੱਧਰਲੀ ਵੱਖੀ ਲਿਆ ਦੇਣ। ਤੋ ਇੱਕ ਤਾਂ ਅੱਜ ਜਿੰਨੇ ਲੋਕ ਇੱਥੇ ਆਏ ਦੇ ਉਹ ਮਤੇ ਭੱਤਾ ਪਰ ਟੁਰੀ ਗਏ ਨਾ, ਅਸੀਂ ਪਲੱਜ ਲੈਣਾ ਚਾਹੀਦਾ ਕਿ ਸਾਡੇ ਘਰ ਕੋਈ ਵੀ ਫੰਕਸ਼ਨ ਹੋਇਆ ਉੱਥੇ ਡੋਗਰੀ ਦਾ ਪ੍ਰਚਲਨ ਹੋਣਾ ਚਾਹੀਦਾ। ਇਸ ਕਾਰਜਕ੍ਰਮ ਦੀ ਸ਼ੋਭਾ ਵਧਾਉਣ ਵਾਸਤੇ ਸਾਰੇ ਕਾਰਜਕ੍ਰਮ ਛੱਡੀਏ, ਇੱਥੇ ਆਏ ਦੇ ਅੱਜ ਦੇ ਇਸ ਕਾਰਜਕ੍ਰਮ ਦੇ ਮੁੱਖ ਪ੍ਰਾਹੁਣੇ ਮਾਨਯੋਗ ਦਵਿੰਦਰ ਸਿੰਘ ਰਾਣਾ ਸਾਹਿਬ, ਅੱਜ ਦੇ ਇਸ ਕਾਰਜਕ੍ਰਮ ਦੀ ਸਦਾਰਤ ਕਰਾ ਦੇ ਫਾਰਮਰ ਮਿਨਿਸਟਰ ਸ਼੍ਰੀ ਸ਼ਾਮ ਲਾਲ ਸ਼ਰਮਾ ਜੀ, ਔਰ ਸ਼ਹਿਰਾਂ ਦੇ ਗਰਾਂ ਦੇ ਕੰਡੀਆਂ ਦੇ ਲਾਅ ਕਾਲਜਿਸ ਦੇ ਸਾਡੇ ਨੌਜਵਾਨ ਜਿਹੜੇ ਲਾਸਟ 'ਚ ਬੈਠੇ ਦੇ ਨੇ, ਔਰ ਮੈਂ ਉਹਦੇ ਕੋਲ ਮਾਫ਼ੀ ਮੰਗਣਾ ਕਿ ਜਿਹਨੇ ਅੱਜ ਕੁਰਸੀ ਨਹੀਂ ਮਿਲੀ। ਇੱਥੇ ਸਾਡੇ ਅਬਰੋਲ ਸਾਹਿਬ ਆਏ ਦੇ ਨੇ, ਇੱਥੇ ਸਾਡੇ ਸੰਦੀਪ ਸਿੰਘ ਚਿੱਬ ਹੋਰ ਆਏ ਦੇ ਨੇ, ਅਗਰ ਮੈਂ ਨਾਂ ਲੈਂ ਤਾਂ ਟਾਈਮ ਘਟੀ ਜਾਣਾ ਕਿਉਂਕਿ ਰਾਣਾ ਸਾਹਿਬ ਦੀ ਫਲਾਈਟ ਹੈ। ਸਾਰੇ ਅਸੀਂ ਮਨ ਬਣਾਏ ਦਾ ਹਾਂ ਕਿ ਇਹ ਕਾਰਜਕ੍ਰਮ ਤੁਸੀਂ ਮੈਂ ਸੁਣਾ, ਇਹ ਕਾਰਜਕ੍ਰਮ 23 ਸਪਟੰਬਰ ਹੀ ਹੋਣਾ ਹਾਂ ਜਦੋਂ ਮਹਾਰਾਜ ਸਾਹਿਬ ਦੀ ਛੁੱਟੀ ਅਨਾਊਂਸ ਹੋਈ ਔਰ ਉਹਦਾ ਅਸ ਦਿਨ ਮਨਾਉਂਦੇ ਹਾਂ, ਲੇਕਿਨ ਨਹੀਂ ਮਨਾਈ ਪਾਏ। ਉਹਦੇ ਬਾਅਦ 26 ਅਕਤੂਬਰ ਜਿਹੜੇ ਵਿਲੇ ਦਿਵਸ ਹੁੰਦਾ, ਜਿਹੜੇ ਮਹਾਰਾਜ ਸਾਹਿਬ ਦਾ ਸਾਈਨ ਕੀਤੇ ਦਾ ਇੰਸਟਰੂਮੈਂਟ ਆਫ ਐਕਸੈਸ਼ਨ ਜਿਹੜਾ ਉਹ ਹੋਇਆ, ਅਤੇ 26 ਅਕਤੂਬਰ ਹੀ ਵਿਲੇ ਦਿਵਸ ਜਿਹੜਾ ਮਨਾਉਂਦੇ ਹਾਂ, ਉਸ ਦਿਨ ਵੀ ਨਹੀਂ ਹੋਈ ਪਾਇਆ, ਲੇਕਿਨ ਅਸੀਂ ਵੀ ਆਪਣੀ ਜ਼ਿੱਦ ਨਹੀਂ ਛੱਡੀ, ਕਿਉਂਕਿ ਟੀਮ ਜੰਮੂ ਦੇ ਇੱਕ ਇੱਕ ਸਵੈਮ ਸੇਵੀ ਦਾ ਮੰਨਣਾ ਹਾਂ ਕਿ ਇਹ ਜਿੰਨੇ ਵੀ ਲੋਕ ਆਏ ਦੇ ਨੇ ਇੱਕ ਇੱਕ ਸਾਦੇ ਉੱਪਰ ਆਏ ਦੇ ਨੇ, ਚਾਹੇ ਉਹ ਸਾਡੇ ਕਲਾਕਾਰ ਨੇ, ਪੱਤਰਕਾਰ ਨੇ, ਨੌਜਵਾਨ ਨੇ, ਔਰ ਇੰਨਾ ਗੇ ਅਸੀਂ ਜਿਹੜੇ ਮੁੱਖ ਪ੍ਰਾਹੁਣੇ
ਔਰ ਜਿਹੜੇ ਇਸ ਕਾਰਜਕ੍ਰਮ ਦੀ ਸਦਾਰਤ ਕਰਨ ਉਹ ਵੀ ਅਸੀਂ ਉਹ ਨੇ ਚਾਹੀਦੇ ਹੈ ਜਿਹੜੇ ਹਮੇਸ਼ਾ ਸ਼ੁਰੂ ਕੋਲਾ ਡੇ ਵਨ ਕੋਲਾ ਟੀਮ ਜੰਮੂ ਹੀ ਸਪੋਰਟ ਕਰਦੇ ਆਏ ਔਰ ਸਮੇਂ ਸਮੇਂ ਉੱਪਰ ਅਸੀਂ ਰਾਤੀ ਵੀ 1 ਵਜੇ ਵੀ ਅਗਰ ਆਖਿਆ ਤਾਂ ਸਾਡੇ ਕੰਨੇ ਖੜੋਤੇ ਰਹੇ। ਇਸ ਵਾਸਤੇ ਅਸੀਂ ਮਾਨਯੋਗ ਦਵਿੰਦਰ ਸਿੰਘ ਰਾਣਾ ਔਰ ਸ਼ਾਮ ਲਾਲ ਸ਼ਰਮਾ ਹੋਣਗੇ ਇੱਥੇ ਬੁਲਾਇਆ ਕਿਉਂਕਿ ਇਹ ਬਿਜ਼ੀ ਹੈ, ਵਿਅਸਤਤਾ ਹੀ ਦਿੱਲੀ ਰਾਜਸਥਾਨ, ਅਸ ਵੀ ਬਲਗਦੇ ਰਹੇ ਇਹ ਕਿੰਨੇ ਚਿਰ ਅਸੀਂ ਨਾ ਕਰਦੇ, ਲੇਕਿਨ ਅੱਜ ਅਸੀਂ ਖੁਸ਼ੀ ਹੈ ਕਿ ਰਾਣਾ ਸਾਹਿਬ ਔਰ ਸ਼ਾਮ ਜੀ ਆਏ। ਔਰ ਮੈਂ ਇੱਕੋ ਗੱਲ ਆਖਗਾ, ਅੱਜ ਵਕਤ ਦੀ ਥੋੜ੍ਹੀ ਕਮੀ ਹੈ, ਹਾਲਾਂਕਿ ਅਸੀਂ ਇਹਨੇ ਆਖਿਆ 2 ਘੰਟੇ ਲੈਣੇ, ਇਹਨੇ ਆਖਿਆ 2.5 ਦੇ ਕੇ, ਲੇਕਿਨ ਫਿਰ ਇਹਦੀਆਂ ਮੀਟਿੰਗਾਂ ਨੇ, ਇਹਨੇ ਦਿੱਲੀ ਅੱਜ ਦੀ ਫਲਾਈਟ ਹੈ ਅਤੇ ਮੈਂ ਜ਼ਿਆਦਾ ਸਮੇਂ ਨਹੀਂ ਲੈਂਦਾ ਹੋਇਆ ਕਿਉਂਕਿ ਅੱਜ ਅਸੀਂ ਇਹਨੇ ਹੀ ਸੁਣਨਾ। ਲੇਕਿਨ ਇੱਕ ਗੱਲ, 2 ਗੱਲ ਜ਼ਰੂਰ ਕਰਗਾ ਕਿ ਸਾਡੀਆਂ ਵਿਰਾਸਤਾਂ, ਸਾਡਾ ਕਲਚਰ, ਸਾਡੀ ਸੰਸਕ੍ਰਿਤੀ, ਔਰ ਤੇ ਹੋਰ ਸਾਡੇ ਪੁਰਖੇ ਦਾ ਸਵਰਨਿਮ ਇਤਿਹਾਸ ਕਿੱਥੇ ਗਿਆ? ਅਸੀਂ ਤਾਂ ਕਿਤੇ ਨਾ ਕਿਤੇ ਉਸ ਸਮੇਂ ਇੱਕ ਸਮੇਂ ਹਾਂ, ਅੱਜ ਤੋਂ ਕੁਛ ਸਾਲ ਪਹਿਲੇ ਅਸੀਂ ਇਹ ਲੱਗਦਾ ਹਾਂ ਕਿ ਪੂਰਾ ਭਾਰਤ ਵਰਸ਼ ਆਜ਼ਾਦ ਹੋਇਆ, ਜੰਮੂ ਕਸ਼ਮੀਰ ਵੀ ਭਾਰਤ ਦਾ ਤਾਜ ਬਣਿਆ, ਲੇਕਿਨ ਕਿਤੇ ਨਾ ਕਿਤੇ ਅਸੀਂ ਗੁਲਾਮੀ ਦੀ ਜ਼ੰਜੀਰੇ 'ਚ ਜਿਹੜਾ ਹੈ ਉਹ ਕਿਤੇ ਨਾ ਕਿਤੇ ਅਸੀਂ ਮਾਨਸਿਕਤਾ ਸਾਡੀ ਐਸੀ ਬਣਾਈ ਗਈ ਕਸ਼ਮੀਰੀ ਹੁਕਮਰਾਨਾਂ ਦੇ ਕੰਨੇ। ਮੈਂ ਬੜੇ ਦਾਅਵੇ ਕੰਨੇ ਕਸ਼ਮੀਰੀਆਂ ਦੀ ਗੱਲ ਨਹੀਂ ਕਰੇਗਾ, ਚੰਦ ਕਸ਼ਮੀਰੀ ਹੁਕਮਰਾਨ ਨੇ ਐਸੀ ਸੋਚ ਬਣਾਈ ਕਿ ਮਹਾਰਾਜਾ ਗੁਲਾਬ ਸਿੰਘ ਦੀ ਹਿਸਟਰੀ ਪੜ੍ਹੋ ਨਹੀਂ ਲੱਭਦੀ, ਮਹਾਰਾਜਾ ਰਣਵੀਰ ਸਿੰਘ ਦੀ ਹਿਸਟਰੀ ਪੜ੍ਹੋ ਨਹੀਂ ਲੱਭਦੀ, ਮਹਾਰਾਜਾ ਹਰੀ ਸਿੰਘ ਜੀ ਦੀ ਗੱਲ ਕਰੋ, ਮਹਾਰਾਜਾ ਪ੍ਰਤਾਪ ਸਿੰਘ ਦੀ ਗੱਲ ਕਰੋ, ਔਰ ਤੇ ਔਰ ਸਾਡੇ ਸਾਰੇ ਦੇ ਨੌਜਵਾਨਾਂ ਦੇ ਜਿਹਦੇ ਪ੍ਰੇਰਨਾ ਦੇ ਸਰੋਤ ਨ ਮੀਆਂ ਡੀਡੋ, ਉਹਦੀ ਹਿਸਟਰੀ ਨਹੀਂ ਲੱਭਦੀ। ਬਾਬਾ ਜੀਤੋ ਦੀ ਅਗਰ ਗੱਲ ਕਰਚਾ, ਸਾਡੇ ਬੱਚੇ ਕਿੰਨੀ ਕੁ ਪੜ੍ਹਾਈ ਜਾ ਰਹੀ ਹੈ, ਬਾਬਾ ਰਣਪ੍ਰੀਤ ਦੇਵ ਦੀ ਗੱਲ ਕਰਚਾ ਕਿੱਥੇ ਪੜ੍ਹਾਈ ਜਾ ਰਹੀ ਹੈ, ਲੇਕਿਨ ਅਸੀਂ ਸਾਰੇ ਇੱਕ ਚੀਜ਼ ਕੀਤੀ, ਅਸ ਇਕੱਠੇ ਰਹੇ, ਅਸ ਅੱਜ ਵੀ ਇਕੱਠੇ ਹਾਂ, ਔਰ ਅੱਜ ਅਸ ਉਸ ਦੌਰ ਉੱਪਰ ਆਈਏ ਦੇ ਹਾਂ ਕਿ ਇਹ ਜਿਹੜੀਆਂ ਗਲਤੀਆਂ ਪੁਰਾਣੇ ਸਮੇਂ ਤਾਂ ਰਹੀਆਂ ਨਹੀਂ ਠੀਕ ਹੋਈ ਪਾਈਆਂ। ਦੋਸਤੋ, ਮੇਰੇ ਸਾਥੀਓ, ਮੇਰੇ ਬਜ਼ੁਰਗੋ, ਮੇਰੀ ਮਾਤਰ ਸ਼ਕਤੀ, ਮੇਰੀਆਂ ਭੈਣਾਂ ਇੱਥੇ ਬੈਠੇ ਦੀਆਂ, ਅੱਜ ਵਕਤ ਹੈ, ਅਗਰ ਅੱਜ ਨਹੀਂ ਅਸੀਂ ਵਕਤ ਸਾਂਭਿਆ ਤਾਂ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੈਰੀਟੇਜ ਨਹੀਂ ਲੱਭਣੀ, ਕੋਈ ਧਰੋਹਰ ਨਹੀਂ ਲੱਭਣੀ। ਅੱਜ ਤੁਸੀਂ ਦੇਖੀ ਲਓ ਕੀ ਹਾਲ ਹੈ ਅਖਨੂਰ ਵਾਲੇ ਕਿਲੇ ਦਾ, ਅੱਜ ਤੁਸੀਂ ਦੇਖੀ ਲਓ ਕੀ ਹਾਲ ਹੈ ਜਾਂਡੀ ਦਾ, ਜਿਹੜੀ ਜੇਲ੍ਹ ਬਣਾਈ ਦੀ ਹੈ ਉਸ ਸਮੇਂ ਦੀ, ਅੱਜ ਤੁਸੀਂ ਦੇਖੀ ਲਓ ਕੀ ਹਾਲ ਹੈ ਸਾਡਾ ਭਦਰਵਾਹ ਦਾ, ਜਿਹੜੀ ਅੱਜ ਵੀ ਜੇਲ੍ਹ ਹੈ, ਅੱਜ ਇਹ ਦੇਖੀ ਲਓ ਕੀ ਹਾਲ ਹੈ ਸਾਡਾ ਮੋਤੀ ਮਹਿਲ ਦਾ, ਜਿਹੜਾ ਜ਼ਰ ਜ਼ਰ ਹੋਆ ਦਾ, ਜਿੱਥੇ ਜਾਨੀ ਦੁਸ਼ਮਣ ਦੀ ਸ਼ੂਟਿੰਗ ਹੋਈ, ਐਡਾ ਵੱਡਾ ਕਿਲਾ ਚਨੈਣੀ ਦਾ ਅੱਜ ਕਸਬਾ ਬਣੀ ਹੈ, ਇੱਕ ਮਲਬਾ ਬਣੀ ਰਹੀ ਹੈ। ਅੱਜ ਤੁਸੀਂ ਉਹ, ਮੈਂ ਵਾਰ-ਵਾਰ ਗੱਲ ਆਖਣਾ, ਅੱਜ ਉਹ ਵਕਤ ਆ ਚੁੱਕੇ ਦਾ, ਅੱਜ ਦੀ ਸਰਕਾਰ ਜਿਹੜੀ ਗਵਰਨਮੈਂਟ ਆਫ ਇੰਡੀਆ ਬੈਠੀ ਦੀ ਹੈ, ਹਰ ਕੁਛ ਦੇਣੇ ਤਿਆਰ ਹੈ, ਅਸੀਂ ਲੈਣਾ ਨਹੀਂ ਆਉਂਦਾ। ਅਸੀਂ ਆਪਣੀ ਪ੍ਰੋਜੈਕਸ਼ਨ ਅਗਰ ਕਰਨੀ ਹੈ ਅੱਜ ਇੰਨਾਂ ਕੇ, ਜਿਹੜਾ ਇੱਕ ਕੱਟ, ਜਿਵੇਂ ਵਾਸੂਦੇਵ ਸਿੰਘ ਨੇ ਆਖਿਆ, ਸਾਡੇ ਬਹਿਰੂਪੀਆ ਸਾਹਿਬ ਰਾਜਕੁਮਾਰ ਜੀ ਜਿਹੜੇ ਇਸ ਮੰਚ ਦਾ ਸੰਚਾਲਨ ਕਰਦੇ, ਉਹਨੇ ਆਖਿਆ ਕਿ ਆਖਿਰ ਕੀ ਵਜ੍ਹਾ ਹੈ ਕਿ ਸਾਡੀ ਇਹ ਜ਼ਰ ਜ਼ਰ ਜਿਹੜੀਆਂ ਉਹ ਇਹਦੀਆਂ ਵਿਰਾਸਤਾਂ ਹਨ। ਲੇਕਿਨ ਅੱਜ ਉਹ ਸਮੇਂ ਆ ਚੁੱਕੇ ਦਾ, ਅੱਜ ਅਸ ਚਾਚਾ, ਅੱਜ ਸਿਰਫ ਮੁਬਾਰਕ ਮੰਡੀ ਦੀ ਗੱਲ ਨਹੀਂ ਕਰਦੇ, ਮੁਬਾਰਕ ਮੰਡੀ ਤਾਂ ਚਾਹੀਦੀ ਹੈ, ਲੇਕਿਨ ਸਾਡੇ ਜਿੰਨੀਆਂ ਵਿਰਾਸਤਾਂ ਅਸੀਂ ਰਲੀ ਮਿਲੀਏ ਗੱਲ ਕਰਨੀ ਪਾਉਣੀ, ਔਰ ਉਹ ਗੱਲ ਦਿੱਲੀ ਤੱਕ, ਜਾਂ ਜਿਹੜੇ ਰਾਜਭਵਨ 'ਚ ਬੈਠੇ ਦੇ ਉਹ ਚੰਦ ਬਿਰਲੇ ਗਏ ਹੁੰਦੇ ਨੇ ਜਿਹੜੇ ਗੱਲ ਕਰ ਸਕਦੇ ਔਰ ਆਪਣੀ ਭਾਸ਼ਾ ਕਰਨੇ
ਆਪਣੀ ਸੋਚ ਕਨੇ, ਆਪਣੀ ਸਮਝ ਕਨੇ ਆਪਣੀ ਗੱਲ ਮਨਵਾ ਸਕਦੇ ਨੇ। ਤਾਂ ਹੀ ਸ਼ਾਇਦ ਉਹ ਵਜ੍ਹਾ ਹੀ ਕਿ ਟੀਮ ਜੰਮੂ ਦੇ ਇੱਕ ਇੱਕ ਸਵੰਨ ਸੇਵੀ ਨੇ ਆਖਿਆ ਕਿ ਉਹੇ ਮੁੱਖ ਪਰਾਉਣੇ ਚਾਹੀਦੇ, ਉਹੇ ਇਸ ਕਾਰਜਕ੍ਰਮ ਦੀ ਸਦਾਰਤ ਕਰਨ ਵਾਲੇ ਚਾਹੀਦੇ ਜਿਹੜੀ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਉਣ, ਅਤੇ ਸਾਡੇ ਜਿਹੜੇ ਕਿਲੇ ਨੇ ਜਿਹੜੇ ਜ਼ਰਜ਼ਰ ਉਹ ਆਦਨ, ਇਹ ਪਰਤੀਆਂ ਜੀਆਂ ਰਾਜਸਥਾਨ ਵਾਲੇ ਫਖਰ ਕਰਦੇ ਨੇ ਆਪਣੇ ਕਿਲੇ ਦੇ ਉੱਪਰ, ਸਾਡੇ ਵੀ ਉਹਨੇ ਕਿਲੇ ਹੋਣੇ ਚਾਹੀਦੇ। ਇਹੀ ਸਾਡੀ ਸ਼ਨਾਖਤ ਹੈ, ਇਹੀ ਸਾਡੀ ਆਈਡੈਂਟੀ ਹੈ। ਅਗਰ ਅਸ ਭੁੱਲੀਏ, ਠੀਕ ਆਖਿਆ ਵਾਸੁਦੇਵ ਨੇ ਕਿ ਉਹ ਹਾਲਤ ਨਹੀਂ ਕੁਦੇ ਹੋਈ ਆ, ਰਣਧੀਰ ਸਿੰਘ ਹੋਰ ਬੈਠੇ ਨੇ ਇੰਡੀਆ ਕੇ ਚਾਰ ਲਾਈਨਾਂ ਆਖੀ ਆਪਣੀ ਬਾਣੀ ਕੇ ਵਿਰਾਮ ਦੇਗਾ ਕਿ ਕੁਦੇ ਉਹ ਸਮੇਂ ਨਹੀਂ ਆਈਆ। ਫਰਜ਼ ਅਸੀਂ ਆਪਣੇ ਨਿਭਾਉਣੇ ਪਾਉਣੇ ਨੇ, ਪ੍ਰਤੀ ਸਿੰਘ ਸੂਰਮੇ ਬਣਾਉਣੇ ਪਾਉਣੇ ਨੇ, ਅਤੇ ਸੁੱਤੇ ਦੇ ਡੋਗਰੇ ਜਗਾਉਣੇ ਪਾਉਣੇ ਨੇ। ਦੇਖੋ ਸਾਡੀ ਵਿਰਾਸਤੇ ਦਾ ਉਹ ਕੀ ਹਾਲ ਹੈ, ਜ਼ਰ ਜ਼ਰ ਕਿਲੇ ਸਾਡੇ ਪੁੱਛਦੇ ਸਵਾਲ ਹੈ, ਪੱਥਰ ਅਸੀਂ ਘੜੀ ਘੜੀ ਪਰਤੀ ਲਾਉਣੇ ਪਾਉਣੇ ਨੇ, ਅਤੇ ਸੁੱਤੇ ਦੇ ਡੋਗਰੇ ਜਗਾਉਣੇ ਪਾਉਣੇ ਨੇ। ਖਾਣ ਪਾਣ ਆਪਣਾ ਸਮਾਨ ਭੁੱਲੀ ਗਏ, ਮਾਊ ਮਿੱਠੀ ਡੋਗਰੀ ਦੀ ਮਾਨ ਭੁੱਲੀ ਗਏ, ਮਿੱਠੜੀ ਉਹ ਪਰਤੀ ਗੀਤ ਗਾਣੇ ਪਾਉਣੇ ਨੇ, ਅਤੇ ਸੁੱਤੇ ਦੇ ਡੋਗਰੇ ਜਿਹੜੇ ਨੇ ਉਹ ਜਗਾਉਣੇ ਪਾਉਣੇ ਨੇ। ਡੋਗਰੋ ਆਪਣਾ ਇਤਿਹਾਸ ਨਹੀਂ ਭੁੱਲੋ, ਨੌਜਵਾਨੋ ਤੁਸੀਂ ਅੰਗਰੇਜ਼ੀ ਪੜ੍ਹੋ, ਪਰਸ਼ੀਅਨ ਪੜ੍ਹੋ, ਸਭ ਭਾਸ਼ਾ ਪੜ੍ਹੋ, ਉਹ ਪੜ੍ਹ ਗਏ ਹੋ ਤਾਂ ਡੋਗਰੇ ਦਾ ਮਾਨ ਸਮਾਨ ਦੇਸ਼ ਵਿਦੇਸ਼ਾਂ 'ਚ ਜਾਗ, ਲੇਕਿਨ ਆਪਣੀ ਮਾਂ ਬੋਲੀ ਡੋਗਰੀ ਹੈ ਉਹ ਕਦੇ ਨਹੀਂ ਭੁੱਲਣੀ। ਜਿਹੜਾ ਆਪਣੀ ਮਾਂ ਬੋਲੀ ਭੁੱਲੀ ਆ, ਆਪਣੀ ਸ਼ਨਾਖਤ ਭੁੱਲੀ ਆ, ਡੋਗਰੇ ਕੌਣ? ਡੋਗਰੇ ਦਾ ਇੰਨਾ ਵੱਡਾ ਸਵਰਨੀ ਇਤਿਹਾਸ ਜਿਹੜਾ ਲਖੋਏ ਦਾ ਨਹੀਂ ਲੱਭਦਾ, ਦੰਤ ਕਥਾਈ 'ਚ ਲੱਭਦਾ ਹੈ। ਉਹ ਆਖਦੇ ਅਸੀਂ ਕੀ ਗਾਇਆ, ਮਿੱਠੀਆਂ ਭਾਖਾਂ 'ਤੇ ਗਿੱਧੜੂ, ਅਸੀਂ ਕੁਸੀ ਪੂਜਿਆ ਸ਼੍ਰੀ ਰਘੁਨਾਥ ਮਾਂ ਵੈਸ਼ਨੋ, ਅਸ ਕੋਦੇ ਹਾਂ ਪੁੱਤਰ ਮਾਂ ਭਾਵੇ ਭਵਾਨੀ ਦੇ, ਅਸੀਂ ਕਿਹ ਲੜੀਆਂ ਜੁਝਾਰੂ ਜੰਗਾਂ, ਅਸੀਂ ਕਿਹ ਪਾਇਆ ਮਾਂ ਭਾਰਤੀ ਦਾ ਤਾਜ, ਅਸ ਕੌਣ, ਅਸ ਕੌਣ, ਅਸ ਕੌਣ, ਅਸ ਡੋਗਰੇ, ਅਸ ਡੋਗਰੇ, ਅਸ ਡੋਗਰੇ, ਜੈ ਹਿੰਦ, ਜੈ ਭਾਰਤ, ਜੈ ਡੋਗਰੇ।